ਜੀ, ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਟੀਟੂ ਬਾਣੀਆ ਜੀ ਜਿਹੜੇ ਹਾਰ ਤਾਂ ਚੁੱਕੇ ਸੀ, ਲੇਕਿਨ ਅੱਜ ਉਹ ਜਿਹੜੇ ਐੱਮ ਐੱਲ ਏ ਜਿਹੜੇ ਹੈਗੇ ਨੇ, ਜਿਹੜੇ ਇੱਥੋਂ ਮੌਜੂਦਾ ਐੱਮ ਐੱਲ ਏ ਮੁੱਲਾਪੁਰ ਦਾਖਾ ਤੋਂ ਜਿਹੜੇ ਫੁਲਕਾ ਸਾਹਿਬ ਸੀਗੇ, ਜਿਹਨਾਂ ਨੂੰ ਲੱਭਣ ਲਈ ਇੱਕ ਆਪਣੇ ਹੀ ਸਟਾਈਲ ਦੇ ਵਿੱਚ ਜਿਹੜੇ ਹੈਗੇ ਨਿਕਲੇ ਨੇ ਅਤੇ ਗੁੰਮਸ਼ੁਦਾ ਦੀ ਜਿਹੜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਅੱਜ ਧਰਨਾ ਜਿਹੜਾ ਵਿਧਾਨ ਸਭਾ ਸਪੀਕਰ ਦੇ ਖਿਲਾਫ਼ ਲਾਇਆ ਵਾ, ਕਿਉਂਕਿ ਵਿਧਾਨ ਸਭਾ ਸਪੀਕਰ ਸਾਰੇ ਸਾਂਝੇ ਹੁੰਦੇ ਆ। ਮੈਂ ਉਹਨਾਂ ਨੂੰ, ਉਹ ਰੱਬ ਰੂਪੀ ਨੇ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਲੋਕਾਂ ਦਾ ਟੈਕਸ ਰੂਪੀ ਪੈਸਾ ਆਹ ਲੀਡਰਾਂ ਨੂੰ ਦੇ ਕੇ ਬਰਬਾਦ ਨਾ ਕੀਤਾ ਜਾਵੇ, ਕਿਉਂਕਿ ਇਹਨਾਂ ਕੋਲ ਤਾਂ ਪਹਿਲਾਂ ਹੀ ਪੈਸਾ ਬਹੁਤ ਆ। ਇਸ ਕਰਕੇ ਮੈਂ ਫੂਲਕਾ ਸਾਹਿਬ ਨੂੰ ਲੱਭਣ ਅੱਜ ਟੈਂਪੂ 'ਤੇ ਆਇਆ ਵਾਂ ਵੀ ਸ਼ਾਇਦ ਲੱਭ ਹੀ ਜਾਣ, ਕਿਉਂਕਿ ਲੋਕਾਂ ਨੇ ਵੋਟਾਂ ਪਾ ਕੇ ਮੈਂ ਵੀ ਉਹਨਾਂ ਸਾਥ ਦਿੱਤਾ ਸੀਗਾ, ਜਿਤਾਉਣ ਵਿੱਚ ਮੈਂ ਵੀ ਯੋਗਦਾਨ ਪਾਇਆ ਸੀਗਾ। ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਵਾਂ ਵੀ ਆਪਦੇ ਸਰਕਾਰੀ ਜਿਹੜੇ ਹੈਗੇ ਆ, ਜਿਹੜੇ ਆ ਉਹ ਲੈ ਰਹੇ ਤਨਖਾਹਾਂ ਆਪਦੀਆਂ ਬੰਦ ਕਰੋ, ਕਿਉਂਕਿ ਡਰਾਮੇ ਕਰਨ ਦੀ ਲੋੜ ਨਹੀਂ ਆ, ਕਿਉਂਕਿ ਡਰਾਮੇ ਨਾਲ ਕੱਖ ਨਹੀਂ ਬਣਨਾ। ਆਹ ਸਰਕਾਰਾਂ ਕਹਿੰਦੀਆਂ ਸਾਡੇ ਕੋਲ ਪੈਸਾ ਹੈ ਨਹੀਂ, ਲੋਕਾਂ ਵਾਸਤੇ ਪੈਸਾ ਹੈ ਨਹੀਂ, ਥਾਣਿਆਂ ਵਾਸਤੇ ਪੈਸਾ ਹੈ ਨਹੀਂ, ਮੈਡੀਕਲ ਸਹੂਲਤਾਂ ਦੇਣ ਵਾਸਤੇ ਲੋਕਾਂ ਕੋਲ ਪੈਸਾ ਹੈ ਨਹੀਂ, ਅਤੇ ਯਾਨੀ ਆਹ ਜੇਲ੍ਹਾਂ ਦੀ ਸੁਰੱਖਿਆ ਵਾਸਤੇ ਪੈਸਾ ਹੈ ਨਹੀਂ। ਪੈਸਾ ਸਾਰਾ ਲੀਡਰ ਨੂੰ ਦੇ ਕੇ ਬਰਬਾਦ ਕਰ ਰਹੇ ਨੇ ਅਤੇ ਸਰਕਾਰਾਂ ਕਹਿ ਰਹੀਆਂ ਸਾਡੇ ਕੋਲ ਪੈਸਾ ਹੈ ਨਹੀਂ। ਲੱਗ ਰਿਹਾ ਜੀ ਜਿਹੜਾ ਉਹਨਾਂ ਦਾ ਅਸਤੀਫਾ ਜਿਹੜਾ ਹੈਗਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਸਰਕਾਰਾਂ ਦੀ ਕਿੱਡੀ ਜਿਹੜੀ ਹੈਗੀ ਹੈ ਇਹਦੇ ਵਿੱਚ? ਹਾਂਜੀ, ਜਦੋਂ ਵੀ ਕੋਈ ਨਾ ਕੋਈ ਕੰਮ ਹੁੰਦਾ ਵਾ ਸਰਕਾਰਾਂ ਦੀ ਮਿਲੀ ਭੁਗਤ ਨਹੀਂ ਹੁੰਦਾ ਵਾ। ਅੱਜ ਕੈਪਟਨ ਜੀ ਨੂੰ ਪਤਾ ਵਾ ਵੀ ਜੇ ਅਸੀਂ ਜ਼ਿਮਨੀ ਚੋਣਾਂ ਕਰਾਉਂਦੇ ਹਾਂ ਅਸੀਂ ਜ਼ਿਮਨੀ ਚੋਣਾਂ 'ਚ ਹਾਰਾਂਗੇ ਕਿਹੜਾ। ਇਸ ਕਰਕੇ ਉਹ ਵੀ ਬਸ ਲੀਪਾ ਪੋਚੀ ਕਰ ਰਹੇ ਨੇ ਵੀ ਚੋਣਾਂ ਲੇਟ ਹੋਣ, ਭਾਵੇਂ ਹਲਕੇ ਦਾਖੇ ਦਾ ਜਿੰਨਾ ਮਰਜ਼ੀ ਨੁਕਸਾਨ ਹੋਵੇ। ਇਸ ਕਰਕੇ ਆ ਵੀ ਮੈਂ ਤਾਂ ਕੈਪਟਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਵੀ ਲੋਕਾਂ ਦਾ ਟੈਕਸ ਰੂਪੀ ਪੈਸਾ ਬਰਬਾਦ ਨਾ ਕੀਤਾ ਜਾਵੇ ਇਹਨਾਂ ਨੂੰ ਦੇ ਕੇ, ਕਿਉਂਕਿ ਇਹਨਾਂ ਕੋਲ ਤਾਂ ਪੈਸੇ ਪਹਿਲਾਂ ਹੀ ਬਹੁਤ ਆ। ਸਾਡੇ ਸਮੱਸਿਆਵਾਂ ਦਿਨੋਂ ਦਿਨ ਵੱਧ ਰਹੀਆਂ ਨੇ, ਲੋਕਾਂ ਦੀ ਸਮੱਸਿਆਵਾਂ ਸੁਣੀਆਂ ਜਾਣ ਤਾਂ ਜੋ ਤੁਸੀਂ ਦੁਬਾਰਾ ਫਿਰ ਸੱਤਾ 'ਚ ਆ ਸਕੋ। ਜਿੱਦਾਂ ਕਿ ਉਹ ਇਸ ਸਮੇਂ ਤੁਸੀਂ ਇੱਕ ਲਾਇਆ ਕਈ ਮਹੀਨਿਆਂ ਤੋਂ ਲਾਪਤਾ ਨੇ, ਕੀ ਕੀ ਤੁਸੀਂ ਉਹਨਾਂ ਦੇ ਲਾਪਤਾ ਜਿਹੜਾ ਲੱਭਣ ਵਾਸਤੇ ਕੀ ਤੁਸੀਂ FIR ਵੀ ਕਰਾਉਂਗੇ ਕੋਈ ਲੱਭਣ ਵਾਸਤੇ ਕੋਈ ਉਹਨਾਂ ਦੀ? ਨਹੀਂ ਜੀ, ਜੇ ਮੈਂ FIR ਕਰਵਾਊਂਗਾ ਤੁਹਾਨੂੰ ਪਤਾ ਵਾ ਫੂਲਕਾ ਸਾਹਿਬ ਸਾਡੇ ਬਹੁਤ ਇਮਾਨਦਾਰ ਯਾਨੀ ਹੈਗੇ ਨੇ, ਇਮਾਨਦਾਰੀ ਉਹਨਾਂ ਵਿੱਚ ਦਾਗੇ ਦਾਗੇ ਵਿੱਚ ਭਰੀ ਆ। ਨਹੀਂ ਹੁਣ ਮੈਂ ਜੇ ਥਾਣੇ ਵਿੱਚ ਵੀ ਕੋਈ ਕਾਨੂੰਨ ਤਾਂ ਹੈ ਨਹੀਂ, ਕੋਈ ਭ੍ਰਿਸ਼ਟਾਚਾਰ ਕਰਕੇ ਨਹੀਂ ਭੱਜੇ ਜੀ ਉਹ, FIR ਤਾਂ ਕੋਈ ਗੱਲਬਾਤ ਹੀ ਹੈ ਨਹੀਂ ਕਿਰਾ। ਅੱਜ ਤਾਂ ਆਹ ਕਰ ਸਕਦੇ ਆ ਜੇ ਤੇਰੇ ਵਰਗਾ ਵਕੀਲ ਭਾਈ ਮੈਨੂੰ ਵਕੀਲ ਲੱਭ ਕੇ ਦੇ ਦੇਵੇ ਵਧੀਆ ਕਾ 2-3 ਲੱਖ ਰੁਪਏ ਜਿਹੜਾ ਲਵੇ ਆ 1 ਤਰੀਕ ਦਾ ਕਰਾ, ਤੁਹਾਡੇ ਵਰਗਾ ਚੈਨਲ ਵਾਲਾ ਕੋਈ ਕਰਕੇ ਦੇ ਦਿੰਦਾ ਵਾ, ਮੈਂ ਜਿਹੜੀ ਤਨਖਾਹ ਗਈ ਆ ਉਹ ਵਾਪਸ ਕਰਵਾ ਦੂੰਗਾ। ਕਿੰਨਾ ਕੁ ਵੱਡਾ ਜਿਹੜਾ ਚੂਨਾ ਜਿਹੜਾ ਹੈਗਾ ਇਸ ਸਮੇਂ ਫੁਲਕਾ ਸਾਹਿਬ ਆਪਣੇ ਇਸ ਏਰੀਏ ਨੂੰ ਲਾ ਚੁੱਕੇ ਨੇ, ਲੱਗ ਚੁੱਕਾ, ਤਾਂ ਉਹਨਾਂ ਦੇ ਜਾਨ ਦੇ ਨਾਲ ਨੁਕਸਾਨ ਕਿੰਨਾ ਹੋ ਰਿਹਾ ਲੋਕਾਂ? ਨੁਕਸਾਨ ਹੀ ਨੁਕਸਾਨ ਆ ਜੀ ਕਿਰਾ, ਫਾਇਦਾ ਤਾਂ ਕੋਈ ਹੈ ਨਹੀਂ ਜੀ ਕਿਰਾ। ਅਸੀਂ ਫੁਲਕਾ ਸਾਹਿਬ ਦੇ ਹੱਕ ਦੇ ਵਿੱਚ ਖੜੇ ਸੀਗੇ ਅਤੇ ਜਿਹੜੇ ਵਿਰੋਧੀ ਪਾਰਟੀਆਂ ਨੇ ਅੱਜ ਸਾਡੇ ਨਾਲ ਯਾਨੀ ਮਾੜਾ ਵਿਤਕਰਾ ਹੁੰਦਾ ਨਾ ਕਿਰਾ, ਅਤੇ ਸਾਡੀ ਕੋਈ ਗੱਲ ਸੁਣਵਾਈ ਨਹੀਂ ਹੁੰਦੀ, ਥਾਣੇ ਜਾਣੇ ਤਾਂ ਸੁਣਵਾਈ ਨਹੀਂ ਹੁੰਦੀ, ਆਸੇ ਪਾਸੇ ਥਾਣੇ ਜਾਣੇ ਤਾਂ ਸੁਣਵਾਈ ਨਹੀਂ ਹੁੰਦੀ, ਕਿਉਂਕਿ ਅਸੀਂ ਫੂਲਕਾ ਸਾਹਿਬ ਦਾ ਸਾਥ ਦਿੱਤਾ ਸੀ ਅਤੇ ਬੱਬਰ ਸ਼ੇਰ ਮਨਪ੍ਰੀਤ ਯਾਲੀ ਨੂੰ ਹਰਾਇਆ ਸੀ, ਜਿਹੜਾ ਕਿ ਉਹਨੂੰ ਹਰਾਉਣਾ ਸੌਖਾ ਕੰਮ ਨਹੀਂ ਆ। ਅਸੀਂ ਚੱਕਰ ਵਿਊ ਰਚਿਆ ਸੀਗਾ ਜਿਹਦੇ ਵਿੱਚ ਮੈਂ ਵੀ ਸ਼ਾਮਿਲ ਸੀਗਾ, ਅਸੀਂ ਫੂਲਕਾ ਸਾਹਿਬ ਨੂੰ ਜਿਤਾਇਆ ਸੀ ਅਤੇ ਬੱਬਰ ਸ਼ੇਰ ਮਨਪ੍ਰੀਤ ਯਾਲੀ ਨੂੰ ਹਰਾਉਣ ਵਿੱਚ ਆਪਣਾ ਯੋਗਦਾਨ ਪਾਇਆ ਸੀ। ਲੱਗ ਰਿਹਾ ਹੁਣ ਜ਼ਿਮਨੀ ਚੋਣਾਂ ਜੇ ਇੱਥੇ ਦੀ ਹੁੰਦੀਆਂ ਕਿ ਤੁਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾਓਗੇ? ਹਾਂਜੀ ਹਾਂਜੀ, ਜੇ ਜ਼ਿਮਨੀ ਚੋਣਾਂ ਹੁੰਦੀਆਂ ਨੇ ਅੱਜ ਤਾਂ ਪਹਿਲੀ ਗੱਲ ਤਾਂ ਬੇਨਤੀ ਕਰਦੇ ਵੀ ਫੂਲਕਾ ਸਾਹਿਬ ਨੂੰ ਹੀ ਭੇਜ ਦਿਓ, ਕਿਉਂਕਿ ਸਰਕਾਰ ਦਾ ਦੁਬਾਰਾ ਖਰਚਾ ਹੋਊਗਾ। ਜੇ ਜ਼ਿਮਨੀ ਚੋਣਾਂ ਹੁੰਦੀਆਂ ਨੇ ਫਿਰ ਬਾਣੀਆਂ ਪੱਟਾਂ ਦੇ ਹੱਥ ਮਾਰ ਕੇ ਆਊਗਾ ਫਿਰ ਮੈਦਾਨ ਦੇ ਵਿੱਚ। ਦੇਖੋ ਜੀ, ਲੱਭਣ ਨਿਕਲੇ ਤਾਂ ਇਹ ਆ, ਮੇਰੇ ਇਕੱਲੇ ਲੱਭਣ ਨਾਲ ਵੀ ਕੁਛ ਨਹੀਂ ਹੋਣਾ, ਜਦੋਂ ਚੈਨਲ ਵਾਲੇ ਵੀ ਨਾਲ ਲੱਭਣਗੇ, ਲੋਕ ਵੀ ਲੱਭਣਗੇ, ਸ਼ਾਇਦ ਲੱਭ ਹੀ ਜਾਵੇ। ਮੈਂ ਤਾਂ ਦਿੱਲੀ ਵੀ ਜਾਊਂਗਾ ਲੱਭਣ ਫੂਲਕਾ ਸਾਹਿਬ ਨੂੰ। ਮਤਲਬ ਕਿ ਜੇ ਇਸ ਤਰ੍ਹਾਂ ਦੇ ਹੋਰ ਮੁੱਦੇ ਜਿਹੜੇ ਹੋਣ ਉਹ ਵੀ ਚੱਕਦੇ ਰਹੋਗੇ ਤੁਸੀਂ? ਹਾਂਜੀ ਹਾਂਜੀ, ਸ਼ਾਇਦ ਤੁਸੀਂ ਮੇਰੇ ਬਾਰੇ ਜਾਣਦੇ ਨਹੀਂ, ਮੈਂ 7 ਸਾਲਾਂ ਤੋਂ ਮੁੱਦੇ ਚੁੱਕ ਰਿਹਾ ਵਾਂ, ਲੋਕ ਮੈਨੂੰ ਵੋਟਾਂ ਘੱਟ ਪਾਉਂਦੇ ਨੇ, ਚਲ ਕੋਈ ਗੱਲ ਨਹੀਂ, ਵੋਟਾਂ ਵੀ ਪਾਉਣ ਲੱਗ ਜਾਣਗੇ, ਕਿਉਂਕਿ ਅਸੀਂ ਪੱਕੇ ਖਸਖਸ ਖੇਤੀ ਵਾਲੇ ਹਾਂ।
ਸਾਡੇ 'ਚ ਤਾਕਤ ਬੜੀ ਆ, ਲੇਕਿਨ ਅਸੀਂ ਮੁੱਦੇ ਚੁੱਕਦੇ ਹਾਂ ਹਮੇਸ਼ਾ। 7 ਸਾਲ ਦਾ ਮੇਰਾ ਰਿਕਾਰਡ ਆ। ਅੱਜ ਅਸੀਂ ਸਾਹਿਬ ਪੂਰੇ ਦੇ ਮੰਡੀ ਵਿੱਚ ਗੇੜਾ ਕੱਢਾਂਗੇ ਅਸੀਂ 5 ਵਜੇ ਤੱਕ, ਅਸੀਂ ਆਸੇ ਪਾਸੇ ਜਿੱਧਰ ਨੂੰ ਮੂੰਹ ਹੋਇਆ ਉੱਧਰ ਨੂੰ ਹੋਰ ਕਰ ਲਾਂਗੇ। ਤਾਂ ਇਹ ਦਿੱਲੀ ਟੈਂਪੂ ਜਾਣਾ ਨਹੀਂ ਜੀ, ਨਾ ਹੀ ਆਪਾਂ ਕੋਲ ਰੁਪਈਆ ਦੇ ਅਸੀਂ ਕਮੀ ਆ ਥੋੜ੍ਹੀ ਜਿਹੀ, ਜੇ ਕੋਈ 50,000 ਰੁਪਏ ਮੈਨੂੰ ਦੇ ਦੇਵੇ ਫਿਰ ਦਿੱਲੀ ਵਾਰੀ ਕੱਢ ਲੈਂਦੇ ਹਾਂ। ਬਿਲਕੁਲ ਜੀ, ਇਹ ਅਸੀਂ ਟੀਟੂ ਬਣਿਆ ਜੀ, ਜਿਹੜੇ ਕਿ ਜਿਨ੍ਹਾਂ ਦਾ ਮੰਨਣਾ ਹੈ ਕਿ ਜਿਹੜਾ ਕਿ ਕਈ ਮਹੀਨਿਆਂ ਤੋਂ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੈਂਪੂ ਦੇ ਉੱਤੇ ਸਵਾਰ ਹੋ ਕੇ ਨਿਕਲੇ ਹੋਏ ਨੇ, ਅਤੇ ਜਿਹੜੇ ਕਈ ਮਹੀਨਿਆਂ ਤੋਂ ਜਿਹੜੇ ਲਾਪਤਾ ਨੇ ਜਿਹੜੇ ਫੁਲਕਾ ਸਾਹਿਬ, ਉਹਨਾਂ ਨੂੰ ਲੱਭਣ ਵਾਸਤੇ ਜਿਹੜੇ ਕਿ ਟੀਟੂ ਬਣਿਆ ਜੀ ਨੇ ਅੱਜ ਇੱਕ ਨਵਾਂ ਸੰਘਰਸ਼ ਛੇੜਿਆ, ਅਤੇ ਹੁਣ ਦੇਖਣਾ ਹੋਏਗਾ ਕਿ ਇਹਨਾਂ ਨੂੰ ਫੁਲਕਾ ਸਾਹਿਬ ਲੱਭਦੇ ਆ ਜਾਂ ਨਹੀਂ। ਆਹ ਦੇਖੋ ਤੁਸੀਂ ਢੋਲ ਦੀ ਥਾਪ ਦੇ ਉੱਤੇ ਇੱਕ ਨਵਾਂ ਹੀ ਤਰੀਕੇ ਨਾਲ, ਇੱਕ ਨਵਾਂ ਆਪਣਾ ਹੀ ਅੰਦਾਜ਼ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਇਸ ਸਮੇਂ। ਇਹ ਤੁਸੀਂ ਦੇਖ ਸਕਦੇ ਹੋ ਕਿ ਟੀਟੂ ਬਾਨੀਆ ਜਿਹੜੇ ਹੈਗੇ ਨੇ ਇਸ ਸਮੇਂ ਸਵਾਰ ਨੇ ਆਟੋ ਦੇ ਉੱਤੇ, ਅਤੇ ਉਹਨਾਂ ਦੇ ਪੋਸਟਰਾਂ ਦੇ ਲਗਾਏ ਹੋਏ ਨੇ ਕਿ ਜਿਹੜੇ ਕਿ ਇੱਥੇ ਫੁਲਕਾ ਸਾਹਿਬ ਜਿਹੜੇ ਗਾਇਬ ਹੋ ਚੁੱਕੇ ਨੇ ਉਹਨਾਂ ਨੂੰ ਜਿਹੜੇ ਹੈਗੇ ਲੱਭਿਆ ਜਾਵੇ। ਲੇਕਿਨ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਟੀਟੂ ਬਾਨੀਆ ਜਿਹੜੇ ਹੈਗੇ ਨੇ ਉਹਨਾਂ ਨੂੰ ਲੱਭਣ ਦੇ ਵਿੱਚ ਕਾਮਯਾਬ ਹੁੰਦੇ ਜਾਂ ਨਹੀਂ। ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਅਮਨਦੀਪ ਖਹਿਰਾ, ਲਿਵਿੰਗ ਇੰਡੀਆ ਨਿਊਜ਼। ਢੋਲ ਯਾਰ ਢੋਲ।